ਇੰਡੀਅਨ ਟਾਈਮਸ ਦਿੱਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। ਪੀਐਮ ਨਰਿੰਦਰ ਮੋਦੀ ਨੇ ਆਤੰਕਵਾਦ ਤੋਂ ਪ੍ਰਭਾਵੀ ਰੂਪ ਨਾਲ ਨਿਪਟਣ ਦੇ ਲਈ ਖੇਤਰੀ ਸਹਿਯੋਗ ਨੂੰ ਵਧਾਉਣ ਲਈ ਕਿਹਾ ਹੈ। ਇੰਡੋ ਪੈਸੀਫਿਕ ਉੱਤੇ ਚਾਈਨਾ ਦੇ ਤੇਵਰ ਉੱਤੇ ਗੁਪਤ ਰੂਪ ਨਾਲ ਇਸ਼ਾਰਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸੰਸਾਧਨ ਸਮ੍ਰਿੱਧ ਖੇਤਰ ਦੇ ਲਈ ਇੱਕ ਰੂਲ ਬੇਸ ਸਿਕਿਉਰਿਟੀ ਦਾ ਖਾਕਾ ਤਿਆਰ ਕਰਨ ਦੀ ਵੀ ਜ਼ਰੂਰਤ ਹੈ। ਭਗੌੜਾ ਮਾਫੀਆ ਡੌਨ ਦਾਊਦ ਇਬਰਾਹਿਮ ਕਾਸਕਰ ਦੀ ਦੱਖਣੀ ਮੁੰਬਈ ਦੀ 3 ਪ੍ਰਮੁੱਖ ਸੰਪਤੀਆਂ ਨੂੰ ਆਖਿਰ ਇੱਕ ਖਰੀਦਦਾਰ ਮਿਲ ਗਿਆ। ਇੱਕ ਖਰੀਦਦਾਰ ਹੈ ਸੈਫੀ ਬੁਰਾਨੀ ਅਪਲਿਫਟਮੈਂਟ ਟਰੱਸਟ, ਜੋ ਦਾਊਦੀ ਬੋਰਾ ਕਮਿਊਨਿਟੀ ਦੁਆਰਾ ਚਲਾਇਆ ਜਾ ਰਿਹਾ ਹੈ। ਸੰਪਤੀਆਂ ਦਾ ਕੁੱਲ ਆਰਕਸ਼ਿਤ ਮੁੱਲ 3.95 ਕਰੋੜ ਰੁਪਏ ਸੀ, ਪਰ ਇਹ ਆਰਕਸ਼ਿਤ ਰਾਸ਼ੀ ਦੇ ਲਗਭਗ 3 ਗੁਣਾ 11.06 ਕਰੋੜ ਰੁਪਏ ਵਿੱਚ ਨਿਲਾਮ ਹੋਈ। ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਅਤੇ ਆਤੰਕਵਾਦੀਆਂ ਦੇ ਵਿੱਚ ਹੋਈ ਗੋਲੀਬਾਰੀ ਵਿੱਚ ਸੈਨਾ ਦਾ ਇੱਕ ਜਵਾਨ ਅਤੇ ਇੱਕ ਆਤੰਕਵਾਦੀ ਮਾਰੇ ਗਏ ਤਥਾ 2 ਸੁਰੱਖਿਆ ਕਰਮੀ ਘਾਇਲ ਹੋ ਗਏ। ਇਸ ਗੋਲੀਬਾਰੀ ਦੇ 1 ਦਿਨ ਬਾਅਦ ਅਧਿਕਾਰੀਆਂ ਨੇ ਇੰਟਰਨੈਟ ਅਤੇ ਰੇਲ ਸੇਵਾਵਾਂ ਬੰਦ ਕਰਨ ਦਾ ਆਦੇਸ਼ ਦਿੱਤਾ। ਕੇਰਲਾ ਹਾਈ ਕੋਰਟ ਨੇ ਰਾਜ ਪਰਿਵਹਨ ਮੰਤਰੀ ਥਾਮਸ ਚੈਂਡੀ ਦੀ ਇੱਕ ਯਾਚਿਕਾ ਖਾਰਿਜ ਕਰ ਦਿੱਤੀ ਹੈ, ਜਿਸ ਵਿੱਚ ਅਲਫੋਜ਼ਾ ਡਿਸਟ੍ਰਿਕਟ ਕਲੈਕਟਰ ਦੀ ਰਿਪੋਰਟ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਪਿਨਾਰਾਈ ਵਿਜੇਨ ਸਰਕਾਰ ਨੂੰ ਝਟਕਾ ਲੱਗਿਆ ਹੈ। ਉਹਨਾਂ ਉੱਤੇ ਇੱਕ ਆਲੀਸ਼ਾਨ ਰਿਸੋਰਟ ਬਣਾਉਣ ਲਈ ਬੜੇ ਪੈਮਾਨੇ ਉੱਤੇ ਜ਼ਮੀਨ ਹੜਪਣ ਦਾ ਆਰੋਪ ਲਗਾਇਆ ਗਿਆ ਹੈ। ਸੁਪਰੀਮ ਕੋਰਟ ਨੇ ਐਡਵੋਕੇਟ ਕਾਮਿਨੀ ਜੈਸਵਾਲ ਦੁਆਰਾ ਦਾਇਰ ਇੱਕ ਯਾਚਿਕਾ ਖਾਰਿਜ ਕਰ ਦਿੱਤੀ ਹੈ। ਮੈਡੀਕਲ ਕਾਲਜ ਦਾਖਿਲਾ ਘੋਟਾਲੇ ਵਿੱਚ ਸ਼ੀਰਸ਼ ਅਦਾਲਤ ਦੇ ਇੱਕ ਰਿਟਾਇਰਡ ਚੀਫ ਜਸਟਿਸ ਨੂੰ ਕਥਿਤ ਤੌਰ ਉੱਤੇ ਰਿਸ਼ਵਤ ਦੇਣ ਦੀ ਕੋਸ਼ਿਸ਼ ਤੋਂ ਸੰਬੰਧਿਤ ਮਾਮਲੇ ਵਿੱਚ ਜਾਂਚ ਵਿਸ਼ੇਸ਼ ਜਾਂਚ SIT ਤੋਂ ਕਰਾਉਣ ਦੀ ਮੰਗ ਨੂੰ ਲੈ ਕੇ ਇਹ ਯਾਚਿਕਾ ਦਾਇਰ ਕੀਤੀ ਗਈ ਸੀ। NGT ਨੇ ਔਡ ਈਵਨ ਸਕੀਮ ਦੇ ਤਹਿਤ ਮਹਿਲਾ ਚਾਲਕਾਂ ਅਤੇ 2 ਪਹੀਆ ਵਾਹਨਾਂ ਨੂੰ ਛੁੱਟ ਦੇਣ ਦੇ ਲਈ ਦਿੱਲੀ ਸਰਕਾਰ ਦੀ ਯਾਚਿਕਾ ਨੂੰ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤਾ ਕਿ ਇਸ ਵਿੱਚ ਕੋਈ ਤਰਕ ਨਹੀਂ ਹੈ। ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਹੱਤਿਆ ਦੇ ਸ਼ੜਯੰਤਰ ਦੇ ਇੱਕ ਦੋਸ਼ੀ AG ਪੇਰਾਰੀਵਾਲਾ ਦੀ ਸਜ਼ਾ ਮਾਫ ਕਰਨ ਦੀ ਯਾਚਿਕਾ ਉੱਤੇ ਕੇਂਦਰ ਦੀ ਪ੍ਰਤੀਕਿਰਿਆ ਮੰਗੀ ਹੈ। LTTE ਦੇ ਇੱਕ ਆਤਮਘਾਤੀ ਹਮਲਾਵਰ ਦੁਆਰਾ ਕੀਤੀ ਗਈ ਇਸ ਹੱਤਿਆ ਵਿੱਚ ਇਸਤੇਮਾਲ ਕੀਤੀ ਗਈ IED ਵਿੱਚ ਲੱਗਣ ਵਾਲੀ 9 ਵੋਲਟ ਦੀ 2 ਬੈਟਰੀਆਂ ਦੀ ਸਪਲਾਈ ਦੇ ਲਈ ਉਸਨੂੰ ਦੋਸ਼ੀ ਠਹਿਰਾਇਆ ਗਿਆ ਸੀ। ਮੰਗਲਵਾਰ ਨੂੰ ਵੈਸਟ ਬੰਗਾਲ ਨੇ ਪੜੋਸੀ ਰਾਜ ਓਡੀਸ਼ਾ ਦੇ ਨਾਲ ਇੱਕ ਕੜੇ ਮੁਕਾਬਲੇ ਵਿੱਚ ਫੇਮਸ ਰਸਗੁੱਲਾ ਦੇ ਲਈ ਜੀਓਗ੍ਰਾਫੀਕਲ ਇੰਡੀਕੇਸ਼ਨ ਟੈਗ ਜਿੱਤ ਲਿੱਤਾ। ਦੋਨੋ ਰਾਜਾਂ ਦਾ ਦਾਅਵਾ ਸੀ ਕਿ ਇਸ ਪੌਂਜੀ ਅਤੇ ਰਸਦਾਰ ਮਿਠਾਈ ਦਾ ਨਿਰਮਾਣ ਉਹਨਾਂ ਦੇ ਇਲਾਕੇ ਦੀ ਦੇਣ ਹੈ। ਭਾਰਤ ਦੀ ਪਹਿਲੀ ਵਿਸ਼ਵ ਕੱਪ ਦੇ ਵਿਜੇਤਾ ਟੀਮ ਦੇ ਕਪਤਾਨ ਕਪਿਲ ਦੇਵ ਨੇ ਮੌਜੂਦਾ ਟੀਮ ਦੁਆਰਾ ਆਪਣੀ ਫਿਟਨੈਸ ਉੱਤੇ ਧਿਆਨ ਦਿੱਤੇ ਜਾਣ ਦੀ ਤਾਰੀਫ ਕੀਤੀ ਹੈ। ਉਹਨਾਂ ਨੇ ਕਿਹਾ ਕਿ ਬਹੁਤ ਹੱਦ ਤੱਕ ਇਸ ਦਾ ਸ਼੍ਰੇਅ ਕਪਤਾਨ ਵਿਰਾਟ ਕੋਹਲੀ ਨੂੰ ਦਿੱਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਨੇ ਵਿਰਾਟ ਦੀ ਤੁਲਨਾ ਜਗਮੋਹਨ ਦਲਮੀਆ ਦੇ ਨਾਲ ਕੀਤੀ। ਅਭਿਨੇਤਾ ਅਨਿਲ ਕਪੂਰ ਦਾ ਕਹਿਣਾ ਹੈ ਕਿ ਉਹ ਹਾਲੀਵੁੱਡ ਦੇ ਸਟਾਰਸ ਐਮਾ ਸਟੋਨ ਅਤੇ ਜੈਨੀਫਰ ਲਾਰੈਂਸ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਫਿਲਮ ਮੁਬਾਰਕਾ ਦੇ ਇਸ ਅਭਿਨੇਤਾ ਨੇ ਸੋਮਵਾਰ ਨੂੰ ਟਵਿੱਟਰ ਉੱਤੇ ਸਟੋਨ ਅਤੇ ਲਾਰੈਂਸ ਦੀ ਇੱਕ ਫੋਟੋ ਸ਼ੇਅਰ ਕੀਤੀ ਅਤੇ ਉਹਨਾਂ ਦੀ ਐਕਟਿੰਗ ਟੈਲੈਂਟ ਦੀ ਪ੍ਰਸ਼ੰਸਾ ਕੀਤੀ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।